ਨਹੀਂ ਜੀ, ਆਈ ਥਿੰਕ ਪੂਰੀ ਕੰਪਲੀਟ ਇਨਫੋਰਮੇਸ਼ਨ ਨਹੀਂ ਹੈਗੀ। ਜਿੱਥੇ ਵੀ ਫਾਇਰ ਬ੍ਰਿਗੇਡ ਚੇਂਜ ਹੋਣਾ ਹੈ ਉਹਦੀ ਇੱਕ ਸਾਡੀ ਮੀਟਿੰਗ ਹੋ ਚੁੱਕੀ ਹੈ। ONM ਤੋਂ ਜਿੰਨਾ ਵੀ ਜਿਹੜਾ ਖਰਚਾ ਆਉਣਾ ਹੈਗਾ ਤਾਂ ਐਸਟੀਮੇਟ ਲੱਗ ਚੁੱਕਿਆ ਹੈ, ਉਹ ਵੀ ਚੇਂਜ ਕਰਵਾ ਦੇਵਾਂਗੇ। ਹਾਂ, ਜਿੱਥੇ ਤੱਕ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਦੀ ਸਾਡੀ ਮੀਟਿੰਗ ਹੋਈ ਉਹਦੇ ਵਿੱਚ ਕੋਈ ਕਮੀਆਂ ਪਾਈ ਗਈ ਸੀ, ਉਹ ਵੀ ਜਿਹੜਾ ਹੈਗਾ ਅਗਲੇ 1-1.5 ਮਹੀਨੇ 'ਚ ਪੂਰੀ ਕਰ ਦੇਵਾਂਗੇ। ਡੀ ਸੀ ਸਾਹਿਬ, ਇੱਕ ਦੂਜਾ ਜੀ, ਪਿਛਲੀ ਸਰਕਾਰ ਨੂੰ ਇੱਕ ਹੁਕਮ ਸੀ ਵੀ ਜੋ ਦਰਖਤ ਹੈ, ਜੇ ਇੱਕ ਦਰਖਤ ਕੱਟਿਆਗਾ ਤਾਂ ਵੱਟੇ 5 ਦਰਖਤ ਲੱਗ ਜਾਣਗੇ। ਬਾਹਰ ਆਊਟ ਸਾਈਡ ਤੁਹਾਡੇ ਮਿੰਨੀ ਸੈਕਟਰ ਦੇ ਉੱਥੇ ਕੋਈ ਦਰਖਤ ਸੁਕਾਏ ਗਏ ਆ, ਕੱਟੇ ਗਏ ਆ, ਪਰ ਉੱਥੇ ਕੋਈ ਵੀ ਹੋਰ ਨਵਾਂ ਦਰਖਤ ਨਹੀਂ ਲਾਇਆ? ਇਸ ਤਰ੍ਹਾਂ ਦਾ ਕੋਈ ਦਰਖਤ ਨਹੀਂ ਹੈ ਜੀ। ਤੁਸੀਂ ਦੱਸ ਦਿਓ ਕਿੱਥੇ ਇਸ ਤਰ੍ਹਾਂ ਦਾ ਦਰਖਤ ਹੈਗਾ। ਅਗਰ ਉਹ ਕੋਈ ਪੂੜਾ ਦੀ ਕਮਰਸ਼ੀਅਲ ਕਾਲੋਨੀ ਦੇ ਵਿੱਚ ਹੈਗਾ, ਉਹਦੇ ਵਿੱਚ ਤਾਂ ਅਸੀਂ ਬਹੁਤ ਕੁਝ ਕਰ ਨਹੀਂ ਸਕਦੇ। ਉਹਦੇ ਇਲਾਵਾ ਅਗਰ ਕੋਈ ਫੋਰੈਸਟ ਏਰੀਆ ਦੇ ਵਿੱਚ ਕੋਈ ਕਰਦਾ ਹੈਗਾ, ਜੋ ਕਿ ਮੇਰੀ ਨੌਲੇਜ 'ਚ ਨਹੀਂ ਹੈਗਾ, ਔਰ ਨਾ ਹੀ ਫੋਰੈਸਟ ਏਰੀਆ ਦੇ ਵਿੱਚ ਕੋਈ ਵੀ ਪੇੜ ਕੱਟ ਸਕਦਾ, ਅਗਰ ਇਸ ਤਰ੍ਹਾਂ ਦਾ ਕੋਈ ਹੈਗਾ ਤਾਂ ਵਿਲ ਟੇਕ ਅ ਸਟ੍ਰਿਕਟ ਐਕਸ਼ਨ ਜੀ। ਸਰ, ਉਹ ਪੂੜਾ ਏਰੀਆ 'ਚ ਹੈ, ਉਹਦੇ ਕੀ ਹਦਾਇਤਾਂ ਹੈਗੀਆਂ ਕਿ ਆਪਾਂ ਉਹਨਾਂ ਨੂੰ ਇੰਪਲੀਮੈਂਟ ਕਰਕੇ ਦੁਬਾਰਾ ਨਵੇਂ ਦਵਾ ਸਕੀਏ? ਉਹ ਪੂੜਾ ਜਿਹੜਾ ਹੈਗਾ ਏਸੀ ਪੂੜਾ ਦੇ ਨਾਲ ਤੁਹਾਨੂੰ ਤਾਲਮੇਲ ਕਰਨਾ ਪੈਣਾ ਜੀ। ਅਦਰਵਾਈਜ਼ ਇਟ ਹੈਜ਼ ਬੀਨ ਅਪਰੂਵਡ ਐਟ ਦੀ ਗੌਰਮੈਂਟ ਲੈਵਲ, ਜਿਹੜੀ ਪੁਰਾਣੇ ਪਿਛਲੇ ਸਾਲ ਜਦੋਂ ਸਰਕਾਰ ਸੀਗੀ ਉਸ ਵੇਲੇ ਜਿਹੜਾ ਹੈਗਾ ਡਿਸੀਜਨ ਹੋਇਆ ਸੀ, ਇਟ ਹੈਜ਼ ਬੀਨ ਡਿਕਲੇਅਰਡ ਐਜ਼ ਅ ਕਮਰਸ਼ੀਅਲ ਸਾਈਟ, ਇਟ ਹੈਜ਼ ਟੂ ਬੀ ਟੇਕਨ ਕੇਅਰ ਬਾਈ ਦੀ ਪੂੜਾ ਜੀ। ਥੈਂਕ ਯੂ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।